ਤਾਂ ਹਰਿਆਣਾ ਦੇ ਵਿੱਚ ਨਵੇਂ ਸੀਐਮ ਦਾ ਐਲਾਨ ਹੋ ਚੁੱਕਾ ਹੈ। ਦੱਸ ਦਈਏ ਕਿ ਨੈਬ ਸਿੰਘ ਸੈਣੀ ਹੀ ਹਰਿਆਣਾ ਦੇ ਨਵੇਂ ਸੀਐਮ ਹੋਣਗੇ। ਦੱਸ ਦਈਏ ਕਿ ਵਿਧਾਇਕ ਦਲ ਦੀ ਅੱਜ ਬੈਠਕ ਹੋਈ ਹੈ ਭਾਜਪਾ ਦੇ ਪੰਚਕੂਲਾ ਦੇ ਵਿੱਚ ਤੇ ਉਸ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ਦੇ ਉੱਤੇ ਸ਼ਾਮਿਲ ਹੋਏ ਨੇ। ਤਾਂ ਭਾਜਪਾ ਦੇ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਨੈਬ ਸਿੰਘ ਸੈਣੀ ਦੇ ਨਾਂ ਦੇ ਉੱਤੇ ਇਹ ਮੋਹਰ ਲੱਗੀ। ਹਾਲਾਂਕਿ ਪਹਿਲਾਂ ਹੀ ਤੈਅ ਮੰਨਿਆ ਜਾ ਰਿਹਾ ਸੀ ਕਿ ਨੈਬ ਸਿੰਘ ਸੈਣੀ ਹੀ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ, ਤਾਂ ਹੁਣ ਇਹ ਕਨਫਰਮ ਹੋ ਚੁੱਕਾ ਹੈ ਤੇ ਅੱਜ ਹੀ ਉਹਨਾਂ ਦੇ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਜੇਕਰ ਗੱਲ ਕੀਤੀ ਜਾਵੇ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਦੀ, ਤਾਂ ਦੱਸ ਦਈਏ ਕਿ 48 ਸੀਟਾਂ ਭਾਜਪਾ ਦੇ ਖਾਤੇ ਦੇ ਵਿੱਚ ਆਈਆਂ ਨੇ, ਜਿਸ ਦੇ ਵਿੱਚ ਸਪਸ਼ਟ ਬਹੁਮਤ ਉਹਨਾਂ ਨੂੰ ਹਾਸਲ ਹੋਇਆ ਹੈ। ਤੇ ਹੁਣ ਭਾਜਪਾ ਦੇ ਵਿਧਾਇਕ ਦਲ ਦੀ ਅੱਜ ਬੈਠਕ ਜੋ ਹੈ ਉਹ ਪੰਚਕੂਲਾ ਦੇ ਵਿੱਚ ਹੋਈ, ਜਿਸ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਿਲ ਹੋਏ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਨੈਬ ਸਿੰਘ ਸੈਣੀ ਦੇ ਨਾਂ ਦੇ ਉੱਤੇ ਇਹ ਮੋਹਰ ਲੱਗ ਗਈ ਹੈ। ਹਾਲਾਂਕਿ ਪਹਿਲਾਂ ਲਗਾਤਾਰ ਚਰਚਾਵਾਂ ਚੱਲ ਰਹੀਆਂ ਸਨ ਕਿ ਅਨਿਲ ਵਿਜ ਵੀ ਸੀਐਮ ਹੋ ਸਕਦੇ ਨੇ, ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਪਾਰਟੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਹ ਇਸ ਤੋਂ ਨਾਂ ਨਹੀਂ ਕਰਨਗੇ, ਕਿਉਂਕਿ 7 ਵਾਰ ਦੇ ਉਹ ਵਿਧਾਇਕ ਲਗਾਤਾਰ ਜਿੱਤੇ ਹੋਏ ਨੇ ਅਨਿਲ ਵਿਜ ਤੇ ਬੀਤੇ ਜੇਕਰ ਕਾਰਜਕਾਲ ਦੀ ਗੱਲ ਕੀਤੀ ਜਾਵੇ ਤਾਂ ਉਹ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਨੇ। ਤਾਂ ਜਦੋਂ ਉਹਨਾਂ ਦੇ ਵੱਲੋਂ ਇਹ ਦਾਅਵਾ ਪੇਸ਼ ਕੀਤਾ ਗਿਆ ਸੀ ਤਾਂ ਲਗਾਤਾਰ ਚਰਚਾਵਾਂ ਹੋਈਆਂ ਸੀ ਕਿ ਹੋ ਸਕਦਾ ਹੈ ਅਨਿਲ ਵਿਜ ਵੀ ਮੁੱਖ ਮੰਤਰੀ ਹੋ ਸਕਦੇ ਨੇ। ਪਰ ਭਾਜਪਾ ਦੀ ਵਿਧਾਇਕ ਦਲ ਦੀ ਅੱਜ ਜੋ ਬੈਠਕ ਹੋਈ ਹੈ ਉਸ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਕਿ ਨੈਬ ਸਿੰਘ ਸੈਣੀ ਹੀ ਹਰਿਆਣਾ ਦੇ ਨਵੇਂ ਸੀਐਮ ਹੋਣਗੇ। ਅੱਜ ਹੀ ਉਹਨਾਂ ਦੇ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਜੋ ਹੈ ਰਾਜਪਾਲ ਦੇ ਅੱਗੇ ਪੇਸ਼ ਕੀਤਾ ਜਾਵੇਗਾ।